Hello students, welcome back to channel How to Simplify Education. ਜਿਵੇਂ ਕਿ PSEB 10th ਤੇ 12th ਦਾ ਰਿਜ਼ਲਟ ਡਿਕਲੇਅਰ ਹੋ ਚੁੱਕਿਆ ਹੈ ਤੇ ਇਸ ਚੈਨਲ ਤੇ 10ਵੀਂ ਤੇ 12ਵੀਂ ਦੇ ਰਿਜ਼ਲਟ ਨਾਲ ਰਿਲੇਟਡ ਜੋ ਵੀ ਅਪਡੇਟਸ ਨਿਕਲ ਕੇ ਆਉਣਗੀਆਂ ਉਹ ਸਾਰੀਆਂ ਅਪਡੇਟਸ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਜਿਵੇਂ ਕਿ ਰਿਵੈਲੂਏਸ਼ਨ ਤੇ ਰੀਚੈਕਿੰਗ ਲਈ ਫਾਰਮ ਆ ਚੁੱਕੇ ਹਨ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਰਿਵੈਲੂਏਸ਼ਨ ਤੇ ਰੀਚੈਕਿੰਗ ਵਿਚਲੇ ਅੰਤਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਅਪਲਾਈ ਕਰਕੇ ਆਪਣੇ ਮਾਰਕਸ ਵਧਾ ਸਕਦੇ ਹੋ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਜੀ ਰੀਚੈਕਿੰਗ ਬਾਰੇ ਰੀਚੈਕਿੰਗ ਦੇ ਵਿੱਚ ਕੀ ਹੁੰਦਾ ਜੀ ਜਿਵੇਂ ਤੁਸੀਂ ਕੁਐਸਚਨਸ ਲਿਖੇ ਹੁੰਦੇ ਹਨ ਪਹਿਲਾ ਕੁਐਸਚਨ ਲਿਖਿਆ ਦੂਸਰਾ ਕੁਐਸਚਨ ਲਿਖਿਆ ਇਸੇ ਤਰ੍ਹਾਂ ਤੀਸਰਾ ਕੁਐਸਚਨ ਲਿਖਿਆ ਤੇ ਇਹਨਾਂ ਕੁਐਸਚਨਸ ਦੇ ਤੁਹਾਨੂੰ ਮਾਰਕਸ ਮਿਲੇ ਹੁੰਦੇ ਹਨ ਫੋਰ ਐਗਜ਼ਾਮਪਲ 3 ਮਾਰਕਸ ਮਿਲੇ ਆ 4 ਮਾਰਕਸ ਮਿਲੇ ਆ 2 ਮਾਰਕਸ ਮਿਲੇ ਆ ਰੀਚੈਕਿੰਗ ਦੇ ਵਿੱਚ ਕੀ ਵੇਖਿਆ ਜਾਂਦਾ ਹੈ ਕਿ ਇਹ ਮਾਰਕਸ ਤੁਹਾਨੂੰ ਸਾਰੇ ਕੁਐਸਚਨਾਂ ਲਈ ਮਿਲੇ ਹਨ ਜੇਕਰ ਕਿਸੇ ਕੁਐਸਚਨ ਲਈ ਮਾਰਕਸ ਨਹੀਂ ਮਿਲੇ ਤਾਂ ਉਹ ਮਿਲ ਜਾਂਦੇ ਹਨ ਉਸ ਤੋਂ ਬਾਅਦ ਜਿੰਨੇ ਵੀ ਕੁਐਸਚਨ ਕੀਤੇ ਹੁੰਦੇ ਹਨ ਉਹਨਾਂ ਸਾਰਿਆਂ ਦਾ ਟੋਟਲ ਕਾਊਂਟ ਕੀਤਾ ਜਾਂਦਾ ਹੈ ਕਿ ਟੋਟਲ ਸਹੀ ਕਾਊਂਟ ਹੋਇਆ ਹੈ ਜਾਂ ਨਹੀਂ ਜੇਕਰ ਟੋਟਲ ਦੇ ਵਿੱਚ ਕੋਈ ਗੜਬੜ ਹੋਵੇ ਤਾਂ ਟੋਟਲ ਨੂੰ ਸਹੀ ਕਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜੋ ਮਾਰਕਸ ਮਿਲੇ ਹੁੰਦੇ ਹਨ ਜਿਵੇਂ 3 ਮਾਰਕਸ ਮਿਲੇ ਆ 4 ਮਿਲੇ ਆ 2 ਮਿਲੇ ਆ ਇਹਨਾਂ ਮਾਰਕਸ ਨੂੰ ਵਧਾਇਆ ਘਟਾਇਆ ਨਹੀਂ ਜਾਂਦਾ ਸਿਰਫ ਇਹਨਾਂ ਮਾਰਕਸ ਦਾ ਟੋਟਲ ਹੀ ਕਾਊਂਟ ਕੀਤਾ ਜਾਂਦਾ ਹੈ ਕਿ ਟੋਟਲ ਸਹੀ ਹੈ ਜਾਂ ਨਹੀਂ ਹਾਂ ਜੇਕਰ ਕਿਸੇ ਕੁਐਸਚਨ ਦੇ ਵਿੱਚ ਮਾਰਕਸ ਨਹੀਂ ਲੱਗੇ ਤਾਂ ਉਸ ਕੁਐਸਚਨ ਲਈ ਮਾਰਕਸ ਲਗਾ ਦਿੱਤੇ ਜਾਂਦੇ ਹਨ ਤਾਂ ਰੀਚੈਕਿੰਗ ਦੇ ਵਿੱਚ ਮਾਰਕਸ ਵਧਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਰੀਚੈਕਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਟੋਟਲ ਹੁੰਦਾ ਹੈ ਲਗਭਗ ਸਹੀ ਹੀ ਕਾਊਂਟ ਕੀਤਾ ਗਿਆ ਹੁੰਦਾ ਹੈ ਤੇ ਇਸ ਦੀ ਸੰਭਾਵਨਾ ਵੀ ਘੱਟ ਹੀ ਰਹਿੰਦੀ ਹੈ ਕਿ ਕਿਸੇ ਕੁਐਸਚਨ ਦੇ ਮਾਰਕਸ ਨਾ ਲੱਗੇ ਹੋਣ ਹੁਣ ਗੱਲ ਕਰ ਲੈਂਦੇ ਹਾਂ ਰਿਵੈਲੂਏਸ਼ਨ ਦੀ ਜੀ ਰਿਵੈਲੂਏਸ਼ਨ ਦੇ ਵਿੱਚ ਜਿਵੇਂ ਤੁਸੀਂ ਕੁਐਸਚਨਸ ਕੀਤੇ ਹੁੰਦੇ ਹਨ ਪਹਿਲਾ ਕੁਐਸਚਨ ਕੀਤਾ ਦੂਸਰਾ ਕੀਤਾ ਤੀਸਰਾ ਕੀਤਾ ਇਸ ਤਰ੍ਹਾਂ ਤੁਹਾਨੂੰ ਮਾਰਕਸ ਲੱਗੇ ਹੁੰਦੇ ਹਨ ਜਿਵੇਂ 2 ਮਾਰਕਸ ਆਏ 4 ਮਾਰਕਸ ਆਏ 3 ਮਾਰਕਸ ਆਏ ਰਿਵੈਲੂਏਸ਼ਨ ਦੇ ਵਿੱਚ ਕੀ ਹੁੰਦਾ ਕਿ ਪੂਰੇ ਦਾ ਪੂਰਾ ਪੇਪਰ ਦੁਬਾਰਾ ਤੋਂ ਚੈੱਕ ਹੁੰਦਾ ਹੈ ਜੋ ਇਸ ਕੁਐਸਚਨ ਦੇ ਵਿੱਚ 2 ਮਾਰਕਸ ਲੱਗੇ ਹਨ ਉਹ 3 ਵੀ ਹੋ ਸਕਦੇ ਹਨ ਤੇ ਉਹ 1 ਵੀ ਹੋ ਸਕਦਾ ਹੈ ਨੰਬਰ ਵੱਧ ਵੀ ਸਕਦੇ ਹਨ ਨੰਬਰ ਘੱਟ ਵੀ ਸਕਦੇ ਹਨ ਇਸ ਤਰ੍ਹਾਂ ਇਹਨਾਂ ਕੁਐਸਚਨਾਂ ਨੂੰ ਦੁਬਾਰਾ ਤੋਂ ਚੈੱਕ ਕੀਤਾ ਜਾਂਦਾ ਹੈ ਜੇਕਰ ਨੰਬਰ ਵੱਧਦੇ ਹੋਣ ਤਾਂ ਵਧਾ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਰਿਵੈਲੂਏਸ਼ਨ ਦੇ ਵਿੱਚ ਨੰਬਰ ਵਧਣ ਦੀ ਸੰਭਾਵਨਾ ਪੂਰੀ ਰਹਿੰਦੀ ਹੈ ਤੇ ਜਿਨ੍ਹਾਂ ਸਟੂਡੈਂਟਸ ਨੂੰ ਪਾਸ ਹੋਣ ਲਈ 5-6 ਨੰਬਰਾਂ ਦੀ ਲੋੜ ਹੈ ਉਹਨਾਂ ਨੂੰ ਰਿਵੈਲੂਏਸ਼ਨ ਜ਼ਰੂਰ ਅਪਲਾਈ ਕਰਨਾ ਚਾਹੀਦਾ ਹੈ ਕਿਉਂਕਿ ਰਿਵੈਲੂਏਸ਼ਨ ਦੇ ਵਿੱਚ ਨੰਬਰ ਵਧਣ ਦੀ ਸੰਭਾਵਨਾ ਕਾਫੀ ਰਹਿੰਦੀ ਹੈ ਇਸ ਦੇ ਵਿੱਚ ਦੁਬਾਰਾ ਤੋਂ ਪੇਪਰ ਚੈੱਕ ਹੁੰਦਾ ਹੈ ਤੇ ਜਿਸ ਵਿੱਚ ਨੰਬਰ ਜ਼ਰੂਰ ਵੱਧ ਸਕਦੇ ਹਨ ਤੇ ਜੇਕਰ ਤੁਸੀਂ ਪੇਪਰ ਚੰਗਾ ਕੀਤਾ ਹੈ ਤੇ ਸਾਰੇ ਕੁਐਸਚਨ ਤੁਸੀਂ ਕਰਕੇ ਆਏ ਹੋ ਤੇ ਤੁਹਾਨੂੰ ਉਮੀਦ ਹੈ ਕਿ ਤੁਹਾਡੇ ਨੰਬਰ ਵੱਧ ਬਣਨੇ ਚਾਹੀਦੇ ਸਨ ਤਾਂ ਤੁਸੀਂ ਰਿਵੈਲੂਏਸ਼ਨ ਨੂੰ ਜ਼ਰੂਰ ਅਪਲਾਈ ਕਰ ਸਕਦੇ ਹੋ ਰਿਵੈਲੂਏਸ਼ਨ ਵਿੱਚ ਨੰਬਰ ਵਧਣ ਦੀ ਕਾਫੀ ਸੰਭਾਵਨਾ ਰਹਿੰਦੀ ਹੈ ਤੇ ਇਸ ਦਾ ਡਰੋਬੈਕ ਇਹ ਹੈ ਕਿ ਰਿਵੈਲੂਏਸ਼ਨ ਦੇ ਵਿੱਚ ਨੰਬਰ ਘੱਟ ਵੀ ਸਕਦੇ ਹਨ ਆਓ ਜੀ ਆਪਾਂ ਹੁਣ ਰਿਵੈਲੂਏਸ਼ਨ ਤੇ ਰੀਚੈਕਿੰਗ ਬਾਰੇ ਆਏ ਓਫੀਸ਼ੀਅਲ ਨੋਟਿਸ ਨੂੰ ਦੇਖ ਲੈਂਦੇ ਹਾਂ ਰਿਵੈਲੂਏਸ਼ਨ ਸੰਬੰਧੀ ਜੋ ਓਫੀਸ਼ੀਅਲ ਨੋਟਿਸ ਆਇਆ ਉਸ ਦੇ ਵਿੱਚ ਕਿਹਾ ਗਿਆ ਰਿਵੈਲੂਏਸ਼ਨ ਕੇਵਲ ਲਿਖਤੀ ਪੇਪਰਾਂ ਲਈ ਹੀ ਕਰਵਾਈ ਜਾ ਸਕਦੀ ਹੈ ਰਿਵੈਲੂਏਸ਼ਨ ਲਈ ਆਨਲਾਈਨ ਫਾਰਮ ਭਰਿਆ ਜਾਵੇ ਚਲਾਨ ਦਾ ਪ੍ਰਿੰਟ ਲੈਣ ਤੋਂ ਬਾਅਦ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣੀ ਹੈ ਉਸ ਤੋਂ ਬਾਅਦ ਭਰੇ ਹੋਏ ਫਾਰਮ ਦਾ ਪ੍ਰਿੰਟ ਲੈਣਾ ਹੈ ਤੇ ਆਪਣੀ ਲਿਖਾਈ ਦਾ ਤੇ ਉਸ ਪ੍ਰਿੰਟ ਲਏ ਫਾਰਮ ਦੇ ਵਿੱਚ ਹੱਥ ਲਿਖਤ ਦੇ ਨਮੂਨੇ ਲਈ ਕੌਲਮ ਬਣਿਆ ਹੋਏਗਾ ਜਿੱਥੇ ਤੁਸੀਂ ਆਪਣੀ ਲਿਖਾਈ ਲਿਖਣੀ ਹੈ ਤੇ ਹਸਤਾਖਰ ਦੇ ਨਮੂਨੇ ਵਾਲੇ ਕੌਲਮ ਦੇ ਵਿੱਚ ਆਪਣੇ ਸਾਈਨ ਕਰਨੇ ਹਨ ਇਸ ਫਾਰਮ ਨੂੰ ਖੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਾਉਣਾ ਹੈ ਖੇਤਰੀ ਦਫ਼ਤਰ ਸਾਰੇ ਹੀ ਜ਼ਿਲ੍ਹਿਆਂ ਵਿੱਚ ਬਣੇ ਹੋਏ ਹਨ ਤੁਸੀਂ ਆਪਣੇ ਨਜ਼ਦੀਕ ਦਾ ਖੇਤਰੀ ਦਫ਼ਤਰ ਦੇਖ ਕੇ ਉੱਥੇ ਫਾਰਮ ਜਮ੍ਹਾਂ ਕਰਵਾ ਸਕਦੇ ਹੋ ਰਿਵੈਲੂਏਸ਼ਨ ਲਈ ਫੀਸ 1000 ਰੁਪਿਆ ਹੈ ਤੇ ਜੇਕਰ ਤੁਸੀਂ ਆਪਣਾ ਪੇਪਰ ਦੇਖਣਾ ਚਾਹੁੰਦੇ ਹੋ ਤਾਂ 500 ਰੁਪਿਆ ਫੀਸ ਪਲੱਸ 2 ਰੁਪਏ ਪ੍ਰਤੀ ਕਾਪੀ ਜਿੰਨੀਆਂ ਵੀ ਫੋਟੋ ਕਾਪੀਆਂ ਹੋਣਗੀਆਂ 5 ਨੰਬਰ ਪੁਆਇੰਟ ਦੇ ਵਿੱਚ ਕਿਹਾ ਗਿਆ ਹੈ ਕਿ ਰਿਵੈਲੂਏਸ਼ਨ ਵਿੱਚ ਅੰਕ ਵੱਧ ਵੀ ਸਕਦੇ ਹਨ ਤੇ ਘੱਟ ਵੀ ਸਕਦੇ ਹਨ ਤੇ ਜਿਵੇਂ ਦਾ ਨਤੀਜਾ ਹੋਵੇਗਾ ਉਸ ਅਨੁਸਾਰ ਸੋਧਿਆ ਜਾਵੇਗਾ ਤੇ ਇਹ ਨਤੀਜਾ ਅੰਤਮ ਹੋਵੇਗਾ ਜੇਕਰ ਪ੍ਰਖਿਆਰਥੀ ਦੇ ਲਿਖਤੀ ਪ੍ਰੀਖਿਆ ਵਿੱਚ 5% ਤੋਂ ਵੱਧ ਅੰਕਾਂ ਦੀ ਤਬਦੀਲੀ ਹੁੰਦੀ ਹੈ ਤਾਂ ਕੇਸ ਤੀਜੇ ਪ੍ਰੀਖਿਅਕ ਕੋਲ ਭੇਜਿਆ ਜਾਵੇਗਾ ਅਤੇ ਦੂਸਰੇ ਅਤੇ ਤੀਸਰੇ ਪ੍ਰੀਖਿਅਕ ਵੱਲੋਂ ਦਿੱਤੇ ਗਏ ਅੰਕਾਂ ਦੀ ਔਸਤ ਅਨੁਸਾਰ ਨਤੀਜਾ ਜੋ ਵੀ ਬਣੇ ਉਸੇ ਤਰ੍ਹਾਂ ਨਤੀਜਾ ਬਣੇਗਾ
ਵਿਸ਼ੇਸ਼ ਨੋਟ ਦੇ ਵਿੱਚ ਕਿਹਾ ਗਿਆ ਕਿ ਫਾਰਮ ਨੂੰ ਡਾਕ ਰਾਹੀਂ ਨਹੀਂ ਭੇਜਣਾ ਹੈ, ਇਸ ਨੂੰ ਖੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਉਣਾ ਹੈ। ਫਾਰਮ ਤੁਸੀਂ ਆਪਣੇ ਨਜ਼ਦੀਕ ਦੇ ਖੇਤਰੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਜੇਕਰ ਰੀਚੈਕਿੰਗ ਦੀ ਗੱਲ ਕੀਤੀ ਜਾਵੇ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉੱਤਰ ਪੱਤਰੀਆਂ ਦਾ ਕਲਿੱਪ ਸਹੀ ਲੱਗਿਆ ਹੈ, ਭਾਵ ਉਸ ਵਿੱਚ ਕੋਈ ਪੰਨਾ ਨਿਕਲਿਆ, ਫਟਿਆ ਜਾਂ ਬਦਲਿਆ ਤਾਂ ਨਹੀਂ, ਉੱਤਰ ਪੱਤਰੀ ਦੇ ਪੰਨਿਆਂ ਦੀ ਗਿਣਤੀ ਪੂਰੀ ਹੈ ਕਿ ਉੱਤਰ ਪੱਤਰੀ ਵਿੱਚ ਲਿਖਾਈ ਵਿਦਿਆਰਥੀ ਦੀ ਲਿਖਾਈ ਨਾਲ ਮੈਚ ਕਰਦੀ ਹੈ, ਕਿ ਉੱਤਰ ਪੱਤਰੀ ਵਿੱਚ ਦਰਜ ਜਿੰਨੇ ਵੀ ਪ੍ਰਸ਼ਨ ਵਿਦਿਆਰਥੀ ਨੇ ਕੀਤੇ ਹਨ ਉਹਨਾਂ ਸਾਰੇ ਪ੍ਰਸ਼ਨਾਂ ਦੇ ਮਾਰਕਸ ਉਸਨੂੰ ਮਿਲ ਗਏ ਹਨ, ਕਿ ਉੱਤਰ ਪੱਤਰੀ 'ਤੇ ਦਰਜ ਸਾਰੇ ਪ੍ਰਸ਼ਨਾਂ ਲਈ ਦਿੱਤੇ ਅੰਕਾਂ ਦਾ ਜੋੜ ਉੱਤਰ ਪੱਤਰੀ ਦੇ ਮੁੱਢਲੇ ਪੰਨੇ 'ਤੇ ਠੀਕ ਲਿਖਿਆ ਹੈ, ਰੀਚੈਕਿੰਗ ਦੀ ਫੀਸ 500 ਰੁਪਇਆ ਹੈ ਅਤੇ ਪੰਜਾਬੀ ਏ ਅਤੇ ਪੰਜਾਬੀ ਬੀ ਲਈ 500 ਪਲੱਸ 500 1000 ਰੁਪਇਆ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਜੋ ਨੰਬਰ ਵਧਣ ਦੀ ਸੰਭਾਵਨਾ ਜ਼ਿਆਦਾ ਹੈ ਉਹ ਜ਼ਿਆਦਾ ਸੰਭਾਵਨਾ ਰਿਵੈਲੂਏਸ਼ਨ ਦੇ ਵਿੱਚ ਹੈ। ਇਸ ਲਈ ਜਿਨ੍ਹਾਂ ਸਟੂਡੈਂਟਸ ਨੂੰ ਪਾਸ ਹੋਣ ਲਈ 5 ਤੋਂ 6 ਨੰਬਰ ਚਾਹੀਦੇ ਹਨ ਉਹਨਾਂ ਨੂੰ ਰਿਵੈਲੂਏਸ਼ਨ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਰਿਵੈਲੂਏਸ਼ਨ ਦੇ ਵਿੱਚ ਸੰਭਾਵਨਾ ਕਾਫੀ ਹੈ ਅਤੇ ਇਸ ਦੇ ਵਿੱਚ ਨੰਬਰ ਵੱਧ ਸਕਦੇ ਹੁੰਦੇ ਹਨ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਕਰੋ ਜੀ। ਅਸੀਂ 10ਵੀਂ ਅਤੇ 12ਵੀਂ ਦੇ ਨਾਲ ਰਿਲੇਟਡ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਥੈਂਕ ਯੂ ਜੀ।